ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ 200 ਸਕਰ ਯਾਰਡ ਦੀ ਡਬਲ ਸਟੋਰੀ ਕੋਠੀ ਲੈ ਕੇ ਆਏ ਹੈਗੇ ਆਂ ਕਾਫੀ ਅੱਛੀ ਲੋਕੇਸ਼ਨ ਨਿਊ ਗੋਲਡਨ ਐਵੇਨਿਊ ਦੇ ਅੰਦਰ ਇੱਕ ਕੋਠੀ ਲੋਕੇਟਿਡ ਹੈਗੀ ਜੇ ਕੋਠੀ 8 ਤੋਂ 10 ਸਾਲ ਪੁਰਾਣੀ ਹੈ ਬਦ ਕਾਫੀ ਅੱਛੀ ਕੰਡੀਸ਼ਨ ਦੇ ਵਿੱਚ ਹੈਗੀ ਹੈ ਡਬਲ ਸਟੋਰੀ ਹੈ ਕੋਠੀ ਹੈਗੀ ਹੈ ਬਹੁਤ ਹੀ ਅੱਛਾ ਇਸ ਕੋਠੀ ਦਾ ਲੇਆਉਟ ਤਿਆਰ ਕੀਤਾ ਗਿਆ ਕਾਫੀ ਅੱਛੇ ਵੱਡੇ ਕਮਰੇ ਦੇ ਅੰਦਰ ਤਿਆਰ ਕੀਤੇ ਗਏ ਨੇ ਕਾਫੀ ਅੱਛੀ ਵੱਡੀ ਆਪਜੀ ਨੂੰ ਓਪਨ ਕਿਚਨ ਬਣਾ ਕੇ ਦਿੱਤੀ ਜਾ ਰਹੀ ਹੈਗੀ ਇਸ ਤੋਂ ਇਲਾਵਾ ਗਰਾਉਂ اگر ਤੁਸੀਂ شہر ਦੇ ਅੰਦਰ ਕੋਈ ਸੇਫ ਸਿਕਿਉਰ ایریا ਦੇ ਅੰਦਰ ਘਰ ਲੈਣਾ ਚਾਹੁੰਦੇ ਹੋ ਤਾਂ આજ ਦੀ ਆਪਸ਼ਨ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ ਜੀਆ ਡਬਲ سٹوری بنی ਹੋਈ ਹੈ ਤੁਸੀਂ ਬੜਾ इजीली ਇਹਨੂੰ ਫਰਸਟ ਫਲੋਰ ਨੂੰ ਰੈਂਟ ਆਊਟ ਕਰਕੇ ਕਾਫੀ ਅਚੀ ਇਨਕਮ ਸੋਰਸ ਬਣਾ ਸਕਦੇ ਹੋ اگر ਆਪ ਜੀ ਇਸ ਕੋਠੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡੇ ਨਮਸਕਰੀਨ ਤੇ ਦਿੱਤੇ ਗਏ ਨੇ ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰੋ इजीली ਇਸ ਕੋਠੀ ਦੇ ਉੱਪਰ ਆਪ ਜੀ ਨੂੰ ਬੈਂਕ ਦਾ ਲੋਨ ਵੀ ਮਿਲ ਜਾਏਗਾ ਸ਼ਹਿਰ ਦੇ ਬਿਲਕੁਲ ਸੈਂਟਰ ایریا ਦੇ ਅੰਦਰ ਇਹ ਕੋਠੀ ਲੋਕੇਟਿਡ ਹੈ ਜੀਆ ਘਰ ਦੇ ਨਜ਼ਦੀਕ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਆਪ ਜੀ ਨੂੰ ਮਿਲੇਗੀ ਆਪ ਜੀ ਨੂੰ ਇਸ ਕੋਟੀ ਦਾ ਫਰੰਟ ਐਲੀਵੇਸ਼ਨ ਚੈੱਕ ਕਰਵਾਨੇ ਹੈਗੇ ਆ ਇਹਦਾ ਮੱਥਾ 30 ਫੁੱਟ ਹੈ ਇਹਦੀ ਲੰਬਾਈ 60 ਫੁੱਟ ਹੈ ਜੀ ਘਰ ਦੇ ਅੰਦਰ ਅੰਡਰ ਘਰ ਦੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਾਫੀ ਅੱਛੀ ਕਾਰ ਪਾਰਕਿੰਗ ਸਪੇਸ ਦਿੱਤੀ ਗਈ ਹੈ ਤੋਂ ਸੀੜੀਆਂ ਫਰਸਟ ਫਲੋਰ ਲਈ ਜਾ ਰਹੀਆਂ ਹੈਗੀਆਂ ਨੇ ਫਰੰਟ ਸਾਈਡ ਤੇ ਤੁਸੀਂ ਦੇਖੋ ਕਾਫੀ ਅੱਛਾ ਸੈਟਬੈਕ ਏਰੀਆ ਹੈ ਤੇ ਤੁਸੀਂ ਟੂ-ਵੀਲਰ ਪਾਰਕਰ ਸੇ ਤੋਂ ਪlant ਲਗਾ ਕੇ ਕਾਫੀ ਅੱਛੇ ਤਰੀਕੇ ਨਾਲ ਗ੍ਰੀਨ ਏਰੀਆ ਤਿਆਰ ਕਰ ਸਕਦੇ ਹੋ ਕਾਫੀ ਅੱਛੀ ਹੈ ਸੋਸਾਇਟੀ ਹੈ ਜਿਤੇੰਦਰ ਰਾਜ ਜੀ ਆਪਸ਼ਨ ਤਾਂ ਅੱਗੇ ਲਈ ਲੈ ਕੇ ਆਏ ਹੈਗੇ ਆ ਆਓ ਆਪ ਜੀ ਨੂੰ ਘਰ ਅੰਦਰੋਂ ਚੱਕਰ ਵਾਨੇ ਰਦੇੰ ਦੇ ਅੰਦਰ ਅੰਦਰ ਕਰਦੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਾਫੀ ਅੱਛੀ ਵੱਡੀ ਲੌਬੀ ਦੀ ਸਪੇਸ ਹੈਗੀ ਹੈ ਪ੍ਰੋਪਰ ਇਹਦੇ ਅੰਦਰ ਤੁਸੀਂ ਦੇਖੋ ਪ੍ਰੋਪਰ ਫਰਨੀਚਰ ਲਗਾਇਆ ਗਿਆ ਹੈ ਇਹ ਘਰ ਦੇ ਅੰਦਰ ਤੁਸੀਂ ਫਲੋਰ ਤੇ ਚੈੱਕ ਕਰੋਗੇ ਤੇ ਵਿਟਰੀਫਾਈਡ ਟਾਈਲ ਲਗਾਈ ਗਈ ਹੈਗੀ ਇਹ ਲੌਬੀ ਦੇ ਆਪੋਜ਼ਿਟ ਆਪ ਜੀ ਨੂੰ ਸੈਪਰੇਟ ਡਰੈੰਗ ਰੂਮ ਦੀ ਸਪੇਸ ਮਿਲਦੀ ਹੈ ਆਓ ਆਪ ਜੀ ਨੂੰ ਉਹ ਡਰੈੰਗ ਰੂਮ ਇਹ ਰਿਹਾ ਵੀ ਚੈੱਕ ਕਰਵਾ ਦਿੰਨੇ ਆ ਕਾਫੀ ਅੱਛੇ ਵੱਡੇ ਸਾਈਜ਼ ਦਾ ਡਰੈੰਗ ਰੂਮ ਹੈਗਾ ਜੇ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਹੈ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈ ਡਰੈੰਗ ਰੂਮ ਦੀ ਸੈਪਰੇਟ ਐਂਟਰੀ ਐਕਸਟਰਾ ਆ ਕੋਟੇ ਦਾ ਲੇਆਉਟ ਜਿਹੜਾ ਨਾ ਕਾਫੀ ਅੱਛਾ ਬਣਾਇਆ ਗਿਆ ਹੈ ਕਾਫੀ ਕਾਫੀ ਵੱਡੇ ਖੁੱਲੇ ਇਹਦੇ ਅੰਦਰ ਕਮਰੇ ਬਣਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਲੌਬੀ ਔਰ ਡਾਈਨਿੰਗ ਰੂਮ ਦਾ ਡਿਜ਼ਾਈਨ ਕੀਤਾ ਗਿਆ ਹੈ ਦੇ ਨਾਲ ਹੀ ਆਪ ਜੀ ਨੂੰ ਓਪਨ ਕਿਚਨ ਵੀ ਬਣਾ ਕੇ ਦਿੱਤੀ ਜਾ ਰਹੀ ਹੈਗੀ ਆਓ ਆਪ ਜੀ ਨੂੰ ਉਹਦੇ ਵੀ ਚੱਕਰ ਵਾਈਏ ਸਾਹਮਣੇ ਤੁਸੀਂ ਦੇਖ ਸਕਦੇ ਹੋ 6 ਸੀਟਰ ਡਾਈਨਿੰਗ ਟੇਬਲ ਲਗਾਇਆ ਗਿਆ ਹੈਗਾ ਸਾਹਮਣੇ ਆਪ ਜੀ ਨੂੰ ਓਪਨ ਕਿਚਨ ਬਣਾ ਕੇ ਦਿੱਤੀ ਜਾ ਰਹੀ ਹੈ ਯੂ ਸ਼ੇਪ ਦਾ ਕਾਊਂਟਰ ਬਣਾਇਆ ਗਿਆ ਪੂਰਾ ਲੱਕੜ ਦਾ ਕੰਮ ਆਪ ਜੀ ਨੂੰ ਕਰਕੇ ਦਿੱਤਾ ਜਾ ਰਿਹਾ ਹੈ ਕੁਛ ਨਹੀਂ ਵੈਂਟੀਲੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਵਿੰਡੋ ਦਿੱਤੀ ਤੁਸੀਂ ਚਾਹੋ ਤੇ ਇਸ ਕੋਟੀ ਦੇ ਅੰਦਰ ਦੁਬਾਰਾ ਨੂੰ ਥੋੜਾ ਜਿਹਾ ਇੰਟੀਰੀਅਰ ਦਾ ਕੰਮ ਕਰਵਾ ਕੇ ਆਪਣੇ ਅਕੋਰਡਿੰਗ ਇਹਨੂੰ ਡੈਕੋਰੇਟ ਕਰ ਸਕਦੇ ਹੋ ਗਰਾਉਂਡ ਫਲੋਰ ਤੇ ਬੈਕ ਸਾਈਡ ਤੇ ਆਪ ਜੀ ਨੂੰ ਦੋ ਬੈੱਡਰੂਮ ਹੀ ਬਣਾ ਕੇ ਦਿੱਤੇ ਜਾ ਰਹੇ ਨੇ ਆਓ ਆਪ ਜੀ ਨੂੰ ਬੈੱਡਰੂਮ ਇਹ ਰਿਹਾ ਵੀ ਚੈੱਕ ਕਰਵਾ ਦਿੰਨੇ ਆ ਕਾਫੀ ਅੱਛੇ ਵੱਡੇ ਸਾਈਜ਼ ਦੇ ਬੈੱਡਰੂਮ ਤਿਆਰ ਕੀਤੇ ਗਏ ਨੇ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈਗੀ ਹੈ ਕਮਰੇ ਦੇ ਅੰਦਰ ਤੁਸੀਂ ਦੇਖੋ ਕਾਫੀ ਅੱਛੀ ਸਪੇਸ ਹੈ ਡਬਲ ਬੈੱਡ ਲਗਾਇਆ ਗਿਆ ਹੈਗਾ ਇਸ ਤੋਂ ਇਲਾਵਾ ਵੀ ਕਾਫੀ ਸਪੇਸ ਹੈਗੀ ਹੈ ਕਮਰੇ ਦੇ ਨਾਲ ਹੀ ਅਟੈਚ ਆਪ ਜੀ ਨੂੰ ਡਰੈਸਰ ਏ ਲੋ ਜੀ ਇਹ अलमारीयां ਰੱਖੀਆਂ ਗਈਆਂ ਹੈਗੀਆਂ ਨੇ ਤੁਸੀਂ ਚਾਹੋ ਤੇ ਲੱਕੜ ਦੀਆਂ ਵੀ ਬਣਵਾ ਸਕਦੇ ਹੋ ਇਹਦੇ ਨਾਲ ਹੀ ਅਟੈਚ ਵੱਡਾ ਬਾਥਰੂਮ ਹੈਗਾ ਜੀ ਬੰਦਰ ਪ੍ਰੋਪਰ ਟਾਇਲ ਲਗਾਈ ਗਈ ਹੋਈ ਪੂਰੀ ਬਾਥਰੂਮ ਫਿਟਿੰਗ ਇਹਦੇ ਇੰਸਟਾਲ ਹੈਗੀ ਜੀ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਇਹ ਕੋਟੀ ਕਲਾਇੰਟ ਨੇ ਆਪ ਆਪਣੇ ਰਹਿਣ ਲਈ ਤਿਆਰ ਕੀਤੀ ਸੀ ਉਹ ਹੁਣ ਬਾਹਰ ਮੂਵ ਕਰ ਰਹੇ ਨੇ ਇਸ ਲਈ ਉਹ ਇਹ ਕੋਠੀ ਨੂੰ ਸੇਲ ਕਰਨਾ ਚਾਹੁੰਦੇ ਹੈਗੇ ਨੇ ਆਓ ਆਪ ਜੀ ਨੂੰ ਸੈਕੰਡ ਬੈਡਰੂਮ ਵੱਲ ਲੈ ਕੇ ਚੱਲਦੇ ਹੈਗੇ ਆਂ ਕਾਫੀ ਅੱਛੇ ਵੱਡੇ ਸਾਈਜ਼ ਦੇ ਤੁਸੀਂ ਦੇਖ ਸਕਦੇ ਹੋ ਰੂਮ ਹੈਗੇ ਨੇ ਪ੍ਰੋਪਰ ਫਰਨੀਚਰ ਲਗਾਇਆ ਗਿਆ ਇਕਰਾ ਬਾਅਦ ਡਾਕਟਰ ਨੂੰ ਵੀ ਜਾਂਦਾ ਹੈਗਾ ਰੋਸ਼ ਕਾਫੀ ਅੱਛੇ ਵੱਡੇ ਸਾਈਜ਼ ਦੇ ਰੂਮ ਹੈਗੇ ਨੇ ਬੜੇ ਆਰਾਮ ਨਾਲ ਪੂਰਾ ਫਰਨੀਚਰ ਦੇ ਦਿੰਦੇ ਤੋ ਇਹ ਸੈੱਟ ਕਰ ਸਕਦੇ ਹੋ ਇਹਦੇ ਨਾਲ ਹੀ ਅਟੈਚ ਆਪ ਜੀ ਨੂੰ ਬਾਥਰੂਮ एरिया ਬਣਾ ਕੇ ਦਿੱਤਾ ਜਾ ਰਿਹਾ ਬਾਥਰੂਮ ਦੇ ਅੰਦਰ ਤੁਸੀਂ ਦੇਖੋ ਪ੍ਰੋਪਰ ਵਾਲ ਟਾਇਲ ਫਲੋਰ ਟਾਇਲ ਲਗਾਏ ਗਏ ਬਾਥਰੂਮ ਪੂਰੀ ਫਿਟਿੰਗ ਹੈਗੀ ਜੀ ਰੋਸ਼ਨੀ ਵੈਂਟੀਲੇਸ਼ਨ ਰੋਸ਼ਨਦਾਨ ਦਿੱਤਾ ਗਿਆ ਸਾਨੂੰ ਪੂਰੀ ਉਮੀਦ ਹੈ ਕਿ ਕੋਠੀ ਆਪ ਜੀ ਨੂੰ ਬਹੁਤ ਹੀ ਸੋਹਣੀ ਲੱਗੀ ਹੋਗੀ ਕਿਉਂਕਿ ਕਾਫੀ ਅੱਛੇ ਵੱਡੇ ਸਾਈਜ਼ ਦੀ ਖੁੱਲੀ ਡੋਲੀਏ ਕੋਠੀ ਹੈਗੀ ਜੀ ਅਗਰ ਆਪ ਜੀ ਇਸ ਕੋਠੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡੇ ਨਮਸਕਰੀਨ ਦੇ ਦਿੱਤੇ ਗਏ ਨਾ ਜਲਦੀ ਜਲਦੀ ਸਾਡੇ ਨਾਲ ਸਾਡੇ ਦਿੱਤੀ ਇਨਫੋਰਮੇਸ਼ਨ ਅਗਰ ਆਪ ਵੀ ਨੂੰ ਅੱਛੀ ਲੱਗਦੀ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕ ਸੁਪਰ ਪ੍ਰਾਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਵੀਡੀਓ ਸੇ ਆਪਣੇ ਕਲੈਂਟ ਇਲਾਕੇ ਅੰਦਰ ਆਨੇ ਤਾਂ ਕਿ ਅੱਛੇ ਜਿਹੇ ਕਾਰ ਵੇਕបាន ਔਰ ਅੱਛੀ-ਤੱਛੀ ਪ੍ਰਾਪਰਟੀ ਪਰਚੇਸ ਕਰ ਪਾਨ ਫਰਸ ਫਲੋਰ ਤੇ ਅੰਡਰ ਕਰਦੇ ਸਭ ਤੋਂ ਪਹਿਲੇ ਬਾਲਕਨੀ ਏਰੀਆ ਹੈਗਾ ਜੇ ਇਤੋ ਹੀ ਸਟੇਅਰ ਕੇ ਸਟਾਪ ਟਰੈਸ ਲਈ ਜਾ ਰਹੀ ਹੈਗੀ ਕਾਫੀ ਅੱਛੀ ਵੱਡੀ ਹੈ ਬਾਲਕਨੀ ਆਸ-ਪਾਸੇ ਕਾਫੀ ਅੱਛੀ ਫੈਮਿਲੀਆ ਰਹਿੰਦੀਆਂ ਨੇ ਆ ਪੂਰਾ ਫਰਸਟ ਫਲੋਰ ਵੀ ਤਿਆਰ ਕੀਤਾ ਗਿਆ ਜਿੱਦਾਂ ਗਰਾਉਂਡ ਫਲੋਰ ਦੇ ਅੰਦਰ ਆਪ ਜੀ ਨੂੰ ਲੌਬੀ ਏਰੀਆ ਮਿਲਦਾ ਡ੍ਰਾਇੰਗ ਰੂਮ ਏਰੀਆ ਮਿਲਦਾ ਕਿਚਨ ਮਿਲਦੀ ਹੈ ਦੋ ਬੈਡਰੂਮ ਅਟੈਚ ਬਾਥਰੂਮ ਮਿਲਦੇ ਨੇ ਸੇਮ ਹੀ ਪੂਰਾ ਸੈੱਟ ਫਰਸਟ ਫਲੋਰ 'ਤੇ ਵੀ ਤਿਆਰ ਕੀਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਾਪਰਟੀ ਨੂੰ ਕਿੰਨੇ ਅੱਛੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਗਿਆ ਬਿਲਕੁਲ ਨੀਟ ਐਂਡ ਕਲੀਨ ਹੈ ਪ੍ਰਾਪਰਟੀ ਹੈ ਜੀ ਫਰਸਟ ਫਲੋਰ ਨੂੰ ਤੁਸੀਂ ਰੈਂਟ ਆਊਟ ਕਰਕੇ ਬੜਾ ਈਜ਼ੀਲੀ ਇਹਦੇ ਅੰਦਰ 18 ਤੋਂ 20000 ਰੁਪਏ ਦਾ ਰੈਂਟ ਪਾ ਸਕਦੇ ਹੈਗੇ ਹੋ ਆਪ ਜੀ ਦੇ ਦੋ ਫੈਮਲੀਆ ਨੇ ਔਰ ਇਕੱਠੇ ਵੱਡੇ ਘਰ ਚ ਰਹਿਣਾ ਚਾਹੁੰਦੇ ਤਾਂ ਉਹ ਵੀ ਆਪਸ਼ਨ ਇਹ ਦੇ ਅੰਦਰ ਤੁਸੀਂ ਰਹਿ ਸਕਦੇ ਹੈਗੇ ਕਿਉਂਕਿ ਦੋਨੋਂ ਫਲੋਰ ਪੂਰੇ ਪ੍ਰੋਪਰ ਬਣੇ ਗਏ ਨੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਫਰਸਟ ਫਲੋਰ ਤੇ ਵੀ ਆਪ ਜੀ ਨੂੰ ਬਣਾ ਕੇ ਦਿੱਤੀ ਜਾ ਰਹੀ ਹੈ। ਕਾਫੀ ਅੱਛੇ ਵੱਡੀ ਖੁੱਲੀ ਲੌਬੀ ਹੈਗੀ ਜੇ ਇਹ ਲੌਬੀ ਦੇ ਅੰਦਰ ਹੀ ਤੁਸੀਂ ਦੇਖ ਸਕਦੇ ਹੋ ਆਪ ਜੀ ਨੂੰ ਓਪਨ ਕਿਚਨ ਵੀ ਬਣਾ ਕੇ ਦਿੱਤੀ ਜਾ ਰਹੀ ਹੈਗੀ ਹੈ। ਆਓ ਆਪ ਜੀ ਨੂੰ ਕਿਚਨ ਏਰੀਆ ਵੀ ਚੈੱਕ ਕਰਵਾ ਦਿੰਨੇ ਹੈਗੇ ਆ। ਕਿਚਨ ਦੇ ਤੁਸੀਂ ਅੰਦਰ ਤੁਸੀਂ ਦੇਖ ਸਕਦੇ ਹੋ ਯੂ ਸ਼ੇਪ ਦਾ ਕਾਊਂਟਰ ਬਣਾਇਆ ਗਿਆ ਪੂਰਾ ਲੱਕੜਾ ਦਾ ਕੰਮ ਆਪ ਜੀ ਨੂੰ ਕਰਕੇ ਦਿੱਤਾ ਜਾ ਰਿਹਾ ਕਈ ਲੋਕਾਂ ਦਾ ਫੋਨ ਆਉਂਦਾ ਜੀ ਸਾਡੇ ਸ਼ਹਿਰ ਦੇ ਅੰਦਰ ਦੁਕਾਨ ਸ਼ੋਰੂ ਮੈਂਗਾ ਤੁਸੀਂ ਸ਼ਹਿਰ ਦੇ ਨੇੜੇ ਸਾਨੂੰ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀ ਦਿਖਾਓ ਜਿਹੜੀ ਸੇਫ ਐਂਡ ਸਿਕਿਉਰ ਏਰੀਆ ਦੇ ਅੰਦਰ ਹੋਏ ਅੱਜ ਦੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ 골ਡਨ ਐਵੇਨਿਊ ਦੇ ਅੰਦਰ ਇਹ ਪ੍ਰਾਪਰਟੀ ਲੋਕੇਟਿਡ ਹੈ ਬਾਸ ਸਾਡੇ ਦੇ ਆਪੋਜ਼ਿਟ ਇਹਦਾ ਰਾਹ ਹੈਗਾ ਜੇ ਔਰ ਮਾਲ ਮੰਡੀ ਵੱਲੋਂ ਵੀ ਇਸ ਕੋਟੀ ਦਾ ਰਾਹ ਆ ਜਾਂਦਾ ਹੈਗਾ ਜੇ ਫਸਟ ਫਲੋਰ ਤੋਂ ਵੀ ਆਪ ਜੀ ਨੂੰ ਦੋ ਬੈਡਰੂਮ ਅਟੈਚ ਬਾਥਰੂਮ ਡਰੈਸਰ ਇਹਦੇ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਕਾਫੀ ਅੱਛੇ ਵੱਡੇ ਸਾਈਜ਼ ਦੇ ਸਾਰੇ ਰੂਮ ਹੈਗੇ ਨੇ ਬੜੇ ਆਰਾਮਜਨ ਵਾਲੇ ਨੇ ਤੁਸੀਂ ਆਪਣਾ ਪੂਰਾ ਫਰਨੀਚਰ ਸੈੱਟ ਕਰ ਸਕਦੇ ਹੋ ਨਾਲ ਹੀ ਅਟੈਚ ਆਬੀ ਨੂੰ ਬਾਥਰੂਮ ਹੈਗਾ ਜੇ ਰੋਸ਼ਨੀ ਵੈਂਟੀਲੇਸ਼ਨ ਹੀ ਰੋਸ਼ਨਦਾਨ ਖਿੜਕੀ ਵੀ ਦਿੱਤੀ ਗਈ ਹੈਗੀ ਇਹ ਬਾਥਰੂਮ ਅੰਦਰ ਵੀ ਪ੍ਰੋਪਰ ਟਾਇਲਰ ਪੂਰੀ ਫਿਟਿੰਗ ਆਬੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈਗੀ ਇਸ ਕਮਰੇ ਦੇ ਨਾਲ ਹੀ ਆਬੀ ਨੂੰ ਸਟੋਰ ਏਰੀਆ ਲਗਤੋ ਵੀ ਬਣਾ ਕੇ ਦਿੱਤਾ ਜਾ ਰਿਹਾ ਤੁਸੀਂ ਚਾਹੋ ਤੈਨੂੰ ਬਾਬਾ ਜੀ ਦਾ ਰੂਮ ਵੀ ਬਣਾ ਸਕਦੇ ਹੋ ਅਗਰ ਆਬੀ ਇਸ ਕੋਠੀ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਡੇ ਨੰਬਰ স্ক্রੀਨ ਦੇ ਦਿੱਤੇ ਗਏ ਨੇ ਜਲਦੀ ਜਲਦੀ ਸਾਡੇ ਨਾਲ ਕੰਟੈਕਟ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਅੱਛੀਆਂ ਆਪਸ਼ਨਾਂ ਬੜੇ ਜਲਦੀ ਸੋਲਡ ਹੋ ਜਾਂ ਸੈਕੰਡ ਬੈਡਰੂਮ ਦਾ ਵੀ ਸਾਈਜ਼ ਕਾਫੀ ਅੱਛਾ ਵੱਡਾ ਹੈਗਾ ਜੇ ਇਹ ਕਮਰੇ ਦੇ ਨਾਲ ਵੀ ਅਟੈਚ ਆਪ ਜੀ ਨੂੰ ਬਾਥਰੂਮ ਦਿੱਤਾ ਜਾ ਰਿਹਾ ਨਾਲ ਹੀ ਡਕਟੇਰ ਨੂੰ ਬਾਹਰ ਨੂੰ ਰਾਹ ਜਾਂਦਾ ਹੈਗਾ ਜੇ ਤੁਸੀਂ ਕਮਰੇ ਦਾ ਸਾਈਜ਼ ਚੈੱਕ ਕਰ ਸਕਦੇ ਹੈ ਗਿਓ ਆਪ ਜੀ ਨੂੰ ਬਾਥਰੂਮ ਇਹ ਰਿਹਾ ਵੀ ਚੈੱਕ ਕਰਵਾ ਦਿੰਨੇ ਆ ਪ੍ਰੋਪਰ ਇਹਦੇ ਅੰਦਰ ਵੀ ਵਾਲਟਲ ਫਲੋਟਰ ਪੂਰੀ ਬਾਥਰੂਮ ਫਿਟਿੰਗ ਆਪ ਜੀ ਨੂੰ ਲਗਾ ਕੇ ਦਿੱਤੀ ਜਾ ਰਹੀ ਹੈਗੀ ਏ ਅਮ੍ਰਿਤਸਰ ਦੇ ਅੰਦਰ ਅਗਰ ਆਪ ਜੀ ਆਪਣਾ ਘਰ ਸੇਲ ਕਰ ਰਹੇ ਹੋ ਫਰੀਦੀ ਆਡ ਲਗਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਅਸੀਂ ਆਪ ਜੀ ਦੀ ਪੂਰੀ ਹੈਲਪ ਕਰਾਂਗੇ ਔਰ ਜਲਦੀ ਤੋਂ ਜਲਦੀ ਪੂਰੀ ਉਮੀਦ ਹੈ ਕਿ ਕੋਠੀ ਆਪ ਨੂੰ ਬਹੁਤ ਹੀ ਸੋਹਣੀ ਲੱਗੀ ਹੋਏਗੀ। ਅਗਰ ਆਪ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜਲਦੀ ਸਾਡੇ ਨਾਲ ਕੰਟੈਕਟ ਕਰੋ। ਸਾਡਾ ਮੇਨ ਆਫਿਸ ਨਿਊ ਮਰੀਸਰ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਆਓ ਆਪ ਜੀ ਨੂੰ ਟਾਪ ਟਰੈਸ ਏਰੀਆ ਵੀ ਚੈੱਕ ਕਰਵਾ ਦਿੰਨੇ ਹੈਗੇ ਆ। ਸੇਫ ਸਿਕਿਓਰ ਏਰੀਆ ਦੇ ਅੰਦਰ ਸੰਗਣੀ ਆਬਾਦੀ ਦੇ ਅੰਦਰ ਆਜੀ ਆਪਸ਼ਨ ਅਸੀਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ। ਮੌਮਟੀ ਏਰੀਆ ਦੇ ਅੰਦਰ ਹੀ ਸਟੋਰੇਜ ਦੀ ਸਪੇਸ ਦਿੱਤੀ ਗਈ ਹੈਗੀ ਹੈ। ਬਾਹਰ ਸੇਫਟੀ ਦੇ ਲਈ ਤੁਸੀਂ ਦੇਖਦੇ ਹੋ ਤਾਂ ਕਾਫੀ ਅੱਛਾ ਵੱਡਾ ਲੋਹੇ ਦਾ ਗੇਟ ਲਗਾਇਆ ਗਿਆ ਹੈ। ਛਰੇ ਸਿਰੇ ਤੇ ਪ੍ਰੋਪਰ ਵਾਟਰ ਪ੍ਰੂਫ ਕਰ ਕਾਫੀ ਅਚੀ ਸੋਸਾਇਟੀ ਦੇ ਅਜ਼ੀ ਆਪਸ਼ਨ ਅਗਰ ਇਹਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ ਇੱਕ ਵਾਰ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਸੇਲਪੇ ਚੱਲੀ ਸਾਡੇ ਨਾਲ ਕੰਟੈਕਟ ਕਰੋ ਆਪਣਾ ਨਵਾਂ ਕਾਰ ਤਿਆਰ ਕਰਨ ਲਈ ਸਾਡੇ ਨਾਲ ਕੰਟੈਕਟ ਕਰੋ ਅਗਰ ਆਪ ਜੀ ਨੇ ਲੋਨ ਲੈਣਾ ਹੈਗਾ ਔਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਵੀ ਇੱਕ ਵਾਰ ਆਪਣੀ ਫਾਈਲ ਸਾਡੇ ਨਾਲ ਚੈੱਕ ਕਰਾਓ ਅਸੀਂ ਆਪ ਜੀ ਦੀ ਪੂਰੀ ਹੈਲਪ ਕਰਾਂਗੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ